ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚੋਂ ਲਾਸ਼ ਬਦਲੇ ਜਾਣ ਦੇ ਮਾਮਲੇ ਦੇ ਵਿੱਚ ਦਿੱਤੇ ਗਏ ਧਰਨੇ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਮੌਕੇ ਤੇ ਪਹੁੰਚੇ ਕਰਵਾਇਆ ਮਸਲੇ ਦਾ ਹੱਲ ਪੰਜ ਮੈਂਬਰੀ ਕਮੇਟੀ ਦਾ ਕੀਤਾ ਗਠਨ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚੋਂ ਲਾਸ਼ ਬਦਲੇ ਜਾਣ ਦੇ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਪੀੜਿਤ ਪਰਿਵਾਰ ਦਾ ਪੱਖ ਸੁਣਿਆ ਗਿਆ ਉਸ ਤੋਂ ਬਾਅਦ ਉਹਨਾਂ ਵੱਲੋਂ ਸਿਵਲ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਘਟਨਾ ਤੇ ਦੁੱਖ ਹੈ ਅਤੇ ਉਹਨਾਂ ਨੇ ਘਟਨਾ ਦੀ ਜਾਂਚ ਦੇ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਕੇਂਦਰਾਂ ਦੇ ਵਿੱਚ ਆਪਣੀ ਰਿਪੋਰਟ ਦੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਬੀਤੇ ਦਿਨ ਕਈ ਦੁਰਘਟਨਾਵਾਂ ਤੋਂ ਬਾਅਦ ਕਈ ਲਾਸ਼ਾਂ ਇੱਥੇ ਰੱਖੀਆਂ ਗਈਆਂ ਸਨ ਜਿਸ ਤੋਂ ਬਾਅਦ ਅੱਜ ਇੱਕ ਲਾਸ਼ ਬਦਲ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਇੱਥੇ ਧਰਨਾ ਲਗਾ ਦਿੱਤਾ ਗਿਆ ਅਤੇ ਜੰਮ ਕੇ ਸਿਵਲ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਦੇਣ ਦੀ ਗੱਲ ਵੀ ਕਹੀ ਗਈ ਜਿਸ ਤੋਂ ਬਾਅਦ ਧਰਨੇ ਨੂੰ ਚੁਕਵਾ ਦਿੱਤਾ ਗਿਆ ਅਤੇ ਪਰਿਵਾਰਕ ਮੈਂਬਰ ਆਪਣੇ ਆਪਣੇ ਘਰ ਚਲੇ ਗਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਆਸ਼ਵਾਸਨ ਤੋਂ ਬਾਅਦ ਧਰਨਾ ਚੁੱਕਿਆ ਗਿਆ ਜੇਕਰ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਨਹੀਂ ਦਿੱਤੀ ਜਾਂਦੀ ਤਾਂ ਉਹਨਾਂ ਵੱਲੋਂ ਮੁੜ ਤੋਂ ਧਰਨਾ ਲਗਾਇਆ ਜਾਏਗਾ ਇਹ ਬੜੀ ਦੁੱਖ ਦੀ ਘਟਨਾ ਹੈ ਜੋ ਅੱਜ ਕਿਸੇ ਨੇ ਵੀ ਲਾਪਰਵਾਹੀ ਕੀਤੀ ਹੈ ਜੋ ਡੈੱਡ ਬੋਡੀ ਕਿਸੇ ਇਨਸਾਨ ਦੀ ਕੋਈ ਹੋਰ ਲੈ ਜਾਂਦਾ ਹੈ ਤਾਂ ਬੜੀ ਵੱਡੀ ਜਿਹੜੀ ਲਾਪਰਵਾਹੀ ਅੱਜ ਜੋ ਕਿਸੇ ਵੀ ਕੋਲੋਂ ਵੀ ਹੋਈ ਹੈ ਤਾਂ ਉਹਦੀ ਜਿਹੜੀ ਕਮੇਟੀ ਬਣਾ ਦਿੱਤੀ ਗਈ ਹੈ ਜਿਹਦੇ ਵਿੱਚ SMO ਜਲਾਲਾਬਾਦ SMO ਡੱਬੋਵਾਲਾ ਕਲਾਂ ਔਰ SMO ਖੂਹੀਖੇੜਾ ਇਹਨਾਂ ਦੇ ਨਾਲ ਜੋ ਮੰਡੀ ਹਜੂਰ ਸਿੰਘ ਦੇ ਜੋ ਬਲੋਕ ਸੰਮਤੀ ਮੈਂਬਰ ਨੇ ਅੰਗਰੇਜ਼ ਸਿੰਘ ਜੀ ਔਰ ਮੰਡੀ ਹਜੂਰ ਸਿੰਘ ਦੇ ਸਰਪੰਚ ਸੰਦੀਪ ਸਿੰਘ ਜੀ ਇਹ ਜਿਹੜੀ ਇਨਕੁਆਇਰੀ ਦੇ ਵਿੱਚ ਆਪਦਾ ਉਹ ਵੀ ਭਾਗ ਲੈਣਗੇ ਸਹਿਯੋਗ ਦੇਣਗੇ ਔਰ ਇਹ ਇਨਕੁਆਇਰੀ ਜਿਹੜੀ ਹੈ ਤਿੰਨ ਦਿਨਾਂ ਦੇ ਵਿੱਚ ਕਰਕੇ ਜਿਹੜੀ ਰਿਪੋਰਟ ਆਊਗੀ ਔਰ ਜਿਹਦੇ ਖਿਲਾਫ਼ ਇਹ ਰਿਪੋਰਟ ਆਊਗੀ ਜਿਹਦੀ ਅਣਗਹਿਲੀ ਬਣਦੀ ਹੈ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਜਾਊਗਾ ਇਸ ਗੱਲ ਦੇ ਵਿੱਚ ਵੇਖੋ ਬੜੀ ਵੱਡੀ ਭਾਵਨਾ ਜਿਹੜੀ ਜੁੜੀ ਹੁੰਦੀ ਹੈ ਅੰਤਿਮ ਸੰਸਕਾਰ ਵੇਲੇ ਵੀ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਉਸ ਹਰ ਇੱਕ ਨੂੰ ਪਤਾ ਹੈ ਕਿ ਜਿਹੜਾ ਸਰੀਰ ਜਿਹਦੀ ਆਤਮਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਚੁੱਕੀ ਹੈ ਕਿਸੇ ਕੰਮ ਦਾ ਨਹੀਂ ਪਰ ਫਿਰ ਵੀ ਉਸ ਮ੍ਰਿਤਕ ਸਰੀਰ ਦੇ ਨਾਲ ਪਰਿਵਾਰ ਦੀ ਬੜੀ ਭਾਵਨਾ ਜੁੜੀ ਹੁੰਦੀ ਹੈ ਉਹਦੇ ਵਿੱਚ ਆਪਾਂ ਸਾਰੇ ਸਮਝ ਸਕਦੇ ਹਾਂ ਕਿੱਡੇ ਆਪਾਂ ਦੁਖੀ ਪਰਿਵਾਰ ਹੁੰਦਾ ਜਿਹਦੇ ਨਾਲ ਵੀ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ ਸੰਸਕਾਰ ਟਾਈਮ ਇਹ ਜੋ ਮੈਂ ਦੁੱਖ ਸਮਝ ਸਕਦਾ ਤੁਸੀਂ ਵੀ ਸਮਝ ਸਕਦੇ ਹੋ ਬਹੁਤ ਗਲਤ ਜਿਹੜਾ ਵੀ ਜਿਹਦੀ ਵੀ ਅਣਗਹਿਲੀ ਕਰਕੇ ਹੋਇਆ ਬਹੁਤ ਗਲਤ ਹੋਇਆ ਅਸੀਂ ਪਰਿਵਾਰ ਦੇ ਨਾਲ ਹਾਂ ਦੁੱਖ ਦੇ ਵਿੱਚ ਸ਼ਾਮਿਲ ਹਾਂ ਔਰ ਪਰਿਵਾਰ ਨੂੰ ਪੂਰਾ ਵਿਸ਼ਵਾਸ ਦਵਾਇਆ ਜੇ ਕਿਸੇ ਦੀ ਵੀ ਕੋਈ ਵੀ ਭਾਵੇਂ ਛੋਟੀ ਜਿਹੀ ਵੀ ਗਲਤੀ ਜਾਂ ਅਣਗਹਿਲੀ ਹੈ ਕਿਸੇ ਨੂੰ ਨਹੀਂ ਬਖਸ਼ਿਆ ਜਾਊ ਸਰ ਧਰਨਾ ਚੁਕਵਾ ਦਿੱਤਾ ਗਿਆ ਹਾਂ ਧਰਨਾ ਚੁਕਵਾ ਦਿੱਤਾ ਗਿਆ ਮੈਂ ਆਪ ਖੁਦ ਪਿੰਡਾਂ ਦੇ ਵਿੱਚ ਸੀ ਮੈਨੂੰ ਪਤਾ ਲੱਗਿਆ ਤਾਂ ਮੈਂ ਆਪ ਇਹਨਾਂ ਦੇ ਵਿੱਚ ਆ ਕੇ ਦੁੱਖ ਸਾਂਝਾ ਕੀਤਾ ਪਰਿਵਾਰ ਦੇ ਨਾਲ ਔਰ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਮੈਂ ਤੁਹਾਡਾ ਸੇਵਾਦਾਰ ਹਾਂ ਤੁਸੀਂ ਮੈਨੂੰ ਚੁਣਿਆ ਤਾਂ ਕਿਸੇ ਨੂੰ ਨਹੀਂ ਬਖਸ਼ਾਂਗੇ ਜੇ ਕਿਸੇ ਦੀ ਗਲਤੀ ਹੈ ਕੀ ਆਸ਼ਵਾਸਨ ਦਿੱਤਾ MLA ਸਾਹਿਬ ਨੇ ਤੁਹਾਨੂੰ MLA ਸਾਹਿਬ ਨੇ ਆਸ਼ਵਾਸਨ ਦਿੱਤਾ ਵੀ ਕਮੇਟੀ ਬਣਾਈ ਨੇ ਪੰਜ ਬੰਦਿਆਂ ਦੀ ਅਤੇ ਉਹਦੇ ਵਿੱਚ ਕਿਹਾ ਨੇ ਵੀ ਤਿੰਨ ਦਿਨਾਂ ਦੇ ਵਿੱਚ ਜਿਹਨਾਂ ਦੇ ਇਨਕੁਆਇਰੀ ਕਰਤੇ ਰਿਪੋਰਟ ਜਿਹਨਾਂ ਦੀ ਵੀ ਗਲਤ ਆਵੇਗੀ ਉਹਨਾਂ ਦੇ ਸਖ਼ਤ ਕਾਰਵਾਈ ਕੀਤੀ ਜਾਏ ਵਿਸ਼ਵਾਸ 'ਚ ਲੈ ਲਿਆ ਗਿਆ ਤੁਹਾਨੂੰ ਹਾਂ ਵਿਸ਼ਵਾਸ 'ਚ ਲਿਆ ਕੀ ਕਹਿੰਦੇ ਕੀ MLA ਸਾਹਿਬ ਕਹਿੰਦੇ ਨੇ ਵੀ ਪੰਜ ਬੰਦੇ ਕਮੇਟੀ ਬਣਾਈ ਹੈ ਅਤੇ ਉਹਦੇ ਵਿੱਚ ਜਿਹਦਾ ਵੀ ਗਲਤੀ ਹੋਵੇ ਦੀ ਜਿਹਦਾ ਵੀ ਦੋਸ਼ ਹੈ ਆਇਆ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਉਹਦੇ 'ਤੇ ਸਖ਼ਤ ਕਾਰਵਾਈ ਕਰਾਂਗੇ ਸੰਤੁਸ਼ਟ ਹੋ ਤੁਸੀਂ MLA ਸਾਹਿਬ ਦੀ ਗਲਤ ਹਾਂਜੀ ਲੱਗਦਾ ਵੀ ਤੁਹਾਨੂੰ ਉਹ ਜਿਹੜੀ ਕੋਈ ਪ੍ਰੋਬਲਮ ਸੀਗੀ ਉਹਦਾ ਸੋਲੂਸ਼ਨ ਮਿਲੇਗਾ ਹਾਂ ਮਿਲੇਗਾ ਜੀ ਜ਼ਰੂਰ ਧਰਨਾ ਚੱਕਤਾ ਜੀ ਹੁਣ ਤੁਸੀਂ ਹਾਂ ਚੱਕ ਠੀਕ ਹੈ ਸਰਪੰਚ ਸਾਹਿਬ ਪੂਰੇ ਮੁੱਦੇ ਨੂੰ ਲੈ ਕੇ
देखो जी साढ़े आम आदमी पार्टी के एम एल ए साहब नरेंद्र पाल सवाल जी आए हैं इतने सानू उन्होंने विश्वास दवाया है कि जो कानूनी कार्रवाई होगी असी तीन दिन का टाइम लिया पांच बंदे का बोर्ड बैठा है बोर्ड बैठ के साढ़े दो सरपंच साहब जिला परिषद के तीन डॉक्टर बैठे आ उन्होंने आपस डिस्कस करना है जो बंदा गलत साबित होगा वो सख्त कार्रवाई की जाएगी जेकर फिर भी तीन दिन के नहीं रिपोर्ट दी जाती या कार्रवाई नहीं होंगी तो फिर अगला एक्शन की रहेगा अगला एक्शन अभी पूरा धरना लाएंगे जो जी सर संस्कार तो बाद जी सर शमशानगढ़ की कोई अणगहली सामने आई सी नहीं सर उदो तुसी पहुंचे सी उस मोस्टर जेड़ा डेड बॉडी जेड़ा उदा संस्कार हो रहा सी तीन नंबर च जी ते असी वेख के वापस आ गए सी धन्यवाद।